ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬ ਦੀਆਂ ਉੱਗੀਆਂ ਸ਼ਖਸੀਅਤਾਂ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਟੈਪਸੀਕੂ ਜਿਨ੍ਹਾਂ ਦੇ ਵਿੱਚੋਂ ਅਕਸਰ ਐਗਜ਼ਾਮ ਦੇ ਵਿੱਚ ਕੁਐਸਚਨਸ ਆਉਂਦੇ ਨੇ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਿਵੇਂ ਕਿ ਵਨ ਗਾਰਡ ਕਲਰਿਕ ਪੀਟ੍ਰੀਪਲ ਐਸਬੀ ਦੇ ਵਿੱਚ ਜਿੰਨੀਆਂ ਵੀ ਪੋਸਟਾਂ ਨਿਕਲੀਆਂ ਨੇ ਜੇਕਰ ਤੁਸੀਂ ਪੰਜਾਬ ਤੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦਾ ਜਿਹੜਾ ਸਾਡਾ ਟਾਪਿਕ ਹੈ ਇੱਕ ਕਾਮਨ ਟਾਪਿਕ ਆ ਹਾਰੇ ਕੁਐਸ਼ਨ ਅਲਗ-ਅਲਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕਿਆ ਹੈ ਸੋ ਇੱਕ ਵੀ ਕੁਐਸ਼ਨ ਨਾ ਮਿਸ ਕਰਨਾ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸ਼ਨ ਨੰਬਰ 1 ਬਾਬਾ ਬੁੱਢਾ ਜੀ ਕੌਣ ਸਨ ਹਾਂਜੀ ਬਾਬਾ ਬੁੱਢਾ ਜੀ ਪਹਿਲੇ ਸੇ ਗੁਰੂਆਂ ਦੇ ਸਮਕਾਲੀਨ ਸਨ ਅਤੇ ਇੱਕ ਸਿੱਖ ਭਗਤ ਸਨ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸਨ ਬਿਲਕੁਲ ਰਾਈਟ ਨੇ ਸਾਰੀਆਂ ਆਪਸ਼ਨ ਹੀ ਤਾਂ ਦੈਟ ਮੀਨਸ ਆਪਸ਼ਨ ਨੰਬਰ ਡੀ ਇਜ਼ ਆ ਰਾਈਟ ਆਂਸਰ ਬਾਬਾ ਬੁੱਢਾ ਜੀ ਇੱਕ ਪਹਿਲੇ ਸੇ ਗੁਰੂਆਂ ਦੇ ਸਮਕਾਲੀਨ ਸੀ ਠੀਕ ਹੈ ਤੇ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਾਈ ਕਨਈਆ ਜੀ ਦਾ ਜਨਮ ਕਿੱਥੇ ਹੋਇਆ ਸੀ ਕਿੱਥੇ ਹੋਇਆ ਸੀ ਆਪਸ਼ਨ ਨੰਬਰ ਡੀ ਇਸ ਆ ਰਾਈਟ ਆਂਸਰ ਸਿਆਲਕੋਟ ਭਾਈ ਕਨਈਆ ਜੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸੀ ਅਤੇ ਸਿੱਖ ਹਾਂਜੀ ਭਾਈ ਕਨਈਆ ਜੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸੀ ਅਤੇ ਸਿੱਖਾਂ ਦੀ ਸੇਵਾ ਪੰਥੀ ਸੰਪਰਤਾ ਦੇ ਸੰਸਥਾਪਕ ਸੀ ਠੀਕ ਹੈ ਹਾਂਜੀ ਤੇ ਭਾਈ ਕਨਈਆ ਜੀ ਨੇ 1704 ਈਸਵੀ ਦੇ ਵਿੱਚ ਅਨੰਤਪੁਰ ਸਾਹਿਬ ਦੀ ਲੜਾਈ ਦੇ ਵਿੱਚ ਜ਼ਖਮੀ ਹੋਏ ਸਿਪਾਈਆਂ ਨੂੰ ਪਾਣੀ ਪਿਆ ਕੇ ਪਿਆਸ ਬੁਝਾਉਣ ਦਾ ਕੰਮ ਕੀਤਾ ਸੀ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਲੜਾਈ ਵਿੱਚ ਭਾਈ ਕਨਈਆ ਜੀ ਨੇ ਜ਼ਖਮੀ ਫੌਜੀਆ ਨੂੰ ਪਾਣੀ ਪਿਲਾ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਅਸੀਂ ਕਰਦੇ ਆ ਜੀ ਸੇਵਾ ਪੰਥੀ ਸੰਪਰਤਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਹੈ ਪਾਈਕਨਈਆ ਜੀ ਨੇ ਨੈਕਸਟ ਕੁਐਸਚਨ ਅਸੀਂ ਕਰਦੇ ਆ ਜੀ ਭਾਈ ਪਾਈਕਨਈਆ ਜੀ ਦੇ ਜੀਵਨ ਦਾ ਮੁੱਖ ਉਦੇਸ਼ ਕੀ ਸੀ ਹਾਂਜੀ ਭਾਈ ਕਨਈਆ ਜੀ ਦੇ ਜੀਵਨ ਦਾ ਮੁੱਖ ਉਦੇਸ਼ ਮਨੁੱਖੀ ਸੇਵਾ ਕਰਨਾ ਸੀ অপশন নাম্বার সি ইজ দা রাইট আনসার নেক্সট কোশ্চেন পাইকনাইয়া দ্বারা স্থাপিত সেবা পন্থী সম্প্রদায় ਦਾ ਮੁੱਖ ਕੇਂਦਰ ਕਿਹੜਾ ਸੀ ਤੇ ਇਸ কোশ্চেন ਦਾ রাইট আনসার ਹੈ ਜੀ অপশন ਨੰਬਰ ਏ ਕਵਹਾ অপশন ਨੰਬਰ ਏ ইজ দা রাইট আনসার ਪਾਕਿਸਤਾਨ ਦੇ ਮੌਜੂਦਾ ਅਟੋਕ ਜ਼ਿਲ੍ਹੇ ਦੇ ਕਵਹਾ ਪਿੰਡ ਵਿਖੇ ਇੱਕ ਧਰਮ ਸਾਲਾ ਸਥਾਪਿਤ ਕੀਤੀ ਸੀ ਜਿਸ ਨੂੰ ਉਹਨਾਂ ਨੇ ਪ੍ਰਚਾਰ ਕੇਂਦਰ ਦੇ ਵਿੱਚ ਬਦਲ ਦਿੱਤਾ ਸੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਭਾਈ ਕਨਈਆ ਜੀ ਕਿਹੜੇ ਗੁਰੂ ਸਿੱਖ ਦੇ ਸਮਕਾਲੀ ਇਨਸਾਨ ਹਾਂ ਜੀ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਭਾਈ ਕਨਈਆ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀਨ ਸੀ ਠੀਕ ਹੈ ਪਰ ਇਸ ਦਾ ਆਨਸਰ ਤੁਸੀਂ ਇਕੱਲਾ ਸਮਕਾਲੀਨ ਨਹੀਂ ਲਗਾਉਂਗੇ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋਵੇਗਾ অপਸ਼ਨ ਨੰਬਰ ਡੀ ਏ ਅਤੇ ਬੀ ਦੋਵੇਂ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀਨ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਭਾਈ ਵਾਲਾ ਜੀ ਕਿਸ ਦੇ ਸਮਕਾਲੀਨ ਸਨ ਹਾਂਜੀ ਭਾਈ ਵਾਲਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਸਨ অপশন নাম্বার সি ইজ দা রাইট आंसर नेक्स्ट क्वेश्चन सरदार उद्धव ਸਿੰਘ ਨੇ ਜਨਰਲ ਮਾਈਕਲ ਉਡਵਾਇਰ ਨੂੰ ਕਿੱਥੇ ਮਾਰਿਆ ਸੀ ਹਾਂਜੀ ਸਰਦਾਰ उद्धव ਸਿੰਘ ਨੇ ਜਨਰਲ ਮਾਈਕਲ ਉਡਵਾਇਰ ਨੂੰ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਦੇ ਹਾਲ ਦੇ ਵਿੱਚ ਮਾਰਿਆ ਸੀ ਠੀਕ ਹੈ ਤੁਸੀਂ ਯਾਦ ਰੱਖਣਾ অপশন ਨੰਬਰ ਬੀ ਇਜ਼ ਦਾ রাইਟ ਆਨਸਰ ਲੰਡਨ ਹੁਣ ਅਸੀਂ ਗੱਲ ਕਰ ਰਹੇ ਹਾਂ ਸਰਦਾਰ उद्धव ਸਿੰਘ ਜੀ ਬਾਰੇ ਸਰਦਾਰ ਉਦਮ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ 26 ਦਸੰਬਰ 1899 ਦੇ ਵਿੱਚ ਹੋਇਆ ਸੀ ਸੁਨਾਮ ਵਿਖੇ ਅਤੇ ਉਹਨਾਂ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਤੇ ਸਰਦਾਰ ਉਦਮ ਸਿੰਘ ਜੀ ਨੇ ਜਿਲ੍ਹਿਆਂ ਵਾਲੇ ਬਾਗ ਕਤਲੇਆਮ ਦਾ ਬਦਲਾ ਕਦੋਂ ਅਤੇ ਕਿਵੇਂ ਲਿਆ ਸੀ ਹਾਂਜੀ ਉਹਨਾਂ ਨੇ ਅ ਜਿਲਿਆਵਾਂ ਵਾਲੇ ਬਾ ਕਤਲੇਆਮ ਦਾ ਬਦਲਾ ਲਿਆ ਸੀ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਮਾਈਕਲ ਉਡਵਾਇਰ ਦਾ ਕਤਲ ਕਰਕੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਨੈਕਸਟ ਅਸੀਂ ਕਰਦੇ ਹਾਂ ਜੀ ਕੁਐਸਚਨ ਭਗਤ ਸਿੰਘ ਜੀ ਦੀ ਫਾਂਸੀ ਸਮੇ ਪੰਜਾਬ ਦਾ ਗਵਰਨਰ ਕੌਣ ਸੀ ਹਾਂਜੀ ਸਰਦਾਰ ਭਗਤ ਸਿੰਘ ਜੀ ਦੀ ਫਾਂਸੀ ਦੇ ਸਮੇ ਪੰਜਾਬ ਦੇ ਗਵਰਨਰ ਸੀ ਸਰ ਜੀ ਐਫ ਮੌਂਟਮੋਰੈਂਸੀ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਹਾਂਜੀ ਤੁਸੀਂ ਯਾਦ ਰੱਖਣਾ ਸਾਰ ਜੀਐਫ ਮੌਂਟਮੋਰੈਂਸ ਠੀਕ ਹੈ ਨੈਕਸਟ ਹਾਂਜੀ ਹੁਣ ਅਸੀਂ ਗੱਲ ਕੀਤੀ ਹੈ ਸਰਦਾਰ ਭਗਤ ਸਿੰਘ ਜੀ ਦੇ ਨਾਲ ਰਿਲੇਟਡ ਤਾਂ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਕੁਐਸਚਨ ਇਹ ਆ ਸਕਦਾ ਕਿ ਹਾਂਜੀ ਕੁਐਸਚਨ ਤੁਹਾਨੂੰ ਇਹ ਆ ਸਕਦਾ ਕਿ ਭਗਤ ਸਿੰਘ ਜੀ ਨੂੰ ਫਾਂਸੀ ਦੇ ਕੇ ਸ਼ਹੀਦ ਕਦੋਂ ਕੀਤਾ ਗਿਆ ਸੀ ਹਾਂਜੀ ਭਗਤ ਸਰਦਾਰ ਭਗਤ ਸਿੰਘ ਜੀ ਨੂੰ ਫਾਂਸੀ 23 ਮਾਰਚ 1931 ਨੂੰ ਦਿੱਤੀ ਗਈ ਸੀ ਠੀਕ ਹੈ ਤੁਸੀਂ ਯਾਦ ਰੱਖਣਾ ਤੇ ਇੱਕ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਕਿਹੜਾ ਸੁਤੰਤਰਤਾ ਸੰਗਰਾਮੀ ਮੈਂ ਨਾਸਤਿਕ ਕਿਉਂ ਹਾਂ ਲਿਖਣ ਲਈ ਜਾਣਿਆ ਜਾਂਦਾ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੋਵੇਗਾ ਸਰਦਾਰ ਭਗਤ ਸਿੰਘ ਇੱਕ ਤੁਹਾਨੂੰ ਕੁਐਸਚਨ ਆ ਸਕਦਾ ਵਾ ਕਿ ਕਿਸ ਨੇ ਕਿਰਤੀ ਕਿਸਾਨ ਪਾਰਟੀ ਬਣਾਈ ਹਾਂਜੀ ਕਿਰਤੀ ਕਿਸਾਨ ਪਾਰਟੀ ਬਣਾਈ ਆ ਸੰਤੋਖ ਸਿੰਘ ਜੀ ਨੇ ਤੇ ਭਗਤ ਸਿੰਘ ਬਾਅਦ ਵਿੱਚ ਇਸ ਵਿੱਚ ਸ਼ਾਮਿਲ ਹੋਈ ਸੀ ਇਹ ਤੁਸੀਂ ਯਾਦ ਰੱਖਣਾ ਤੇ ਪੰਜਾਬ ਨੌਜਵਾਨ ਸਭਾ ਕਦੋਂ ਬਣਾਈ ਗਈ ਸੀ ਮਾਰਚ 1926 ਦੇ ਵਿੱਚ ਭਗਤ ਸਿੰਘ ਇਸ ਦੇ ਸੈਕਟਰੀ ਸੀ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਇਸ ਤਰ੍ਹਾਂ ਦੇ ਕੁਐਸਚਨਸ ਤੁਹਾਨੂੰ ਆ ਸਕਦੇ ਆ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਰੀ ਕ੍ਰਾਂਤੀ ਦੀ ਸ਼ੁਰੂਆਤ ਸਮੇਂ ਪੰਜਾਬ ਦੇ ਗਵਰਨਰ ਕੌਣ ਸੀ? ਹਾਂਜੀ ਜਦੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਪੰਜਾਬ ਦੇ ਗਵਰਨਰ ਸੀ ਧਰਮਵੀਰ। ਆਪਸ਼ਨ ਨੰਬਰ B ਇਜ਼ ਅ ਰਾਈਟ ਆਂਸਰ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ। ਮੈਂ ਕਿਉਂ ਨਾਸਤਿਕ ਹਾਂ ਕਿਸ ਆਜ਼ਾਦੀ ਕੁਲਾਟੀਏ ਦੀ ਰਚਨਾ ਹੈ? ਹਾਂਜੀ ਮੈਂ ਕਿਉਂ ਨਾਸਤਿਕ ਹਾਂ ਇਹ ਭਗਤ ਸਿੰਘ ਜੀ ਦੀ ਰਚਨਾ ਹੈ। ਆਪਸ਼ਨ ਨੰਬਰ B ਇਸ ਕੁਐਸ਼ਨ ਦਾ ਰਾਈਟ ਆਂਸਰ ਹੈ। ਠੀਕ ਹੈ ਤੁਸੀਂ ਯਾਦ ਰੱਖਣਾ। ਤੇ ਇਸ ਤੋਂ ਇਲਾਵਾ ਤੁਹਾਨੂੰ ਕੁਐਸ਼ਨ ਇਹ ਵੀ ਆ ਸਕਦਾ ਵਾ। ਕਿ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਕਿਸ ਦੁਆਰਾ ਦਿੱਤਾ ਗਿਆ ਸੀ مولانا ਹਾਸਰਤ ਮੋਹਣੀ ਦੁਆਰਾ ਦਿੱਤਾ ਗਿਆ ਸੀ ਇੱਕ ਤੁਹਾਨੂੰ ਕੁਐਸਚਨ ਇਹ ਆ ਸਕਦਾ ਕਿ April 1929 ਵਿੱਚ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਣ ਵਾਲੇ ਇਨਕਲਾਬੀਆਂ ਦਾ ਨਾਮ ਦੱਸੋ ਭਗਤ ਸਿੰਘ ਅਤੇ ਬੀਕੇ ਦੱਤ ਇਹ ਤੁਸੀਂ ਯਾਦ ਰੱਖਣਾ ਹਾਂਜੀ ਇੱਕ ਤੁਹਾਨੂੰ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਆ ਕਿ ਭਗਤ ਸਿੰਘ ਅਤੇ ਜੇਲ੍ਹ ਦੇ ਸਾਥੀਆਂ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਕਦੋਂ ਸ਼ੁਰੂ ਕੀਤੀ ਸੀ ਜੂਨ 1929 ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਲਾਲਾ ਲਾਜਪਤ ਰਾਏ ਨਿਮਨਲਿਖਤ ਕਿਹੜੀ ਲਹਿਰ ਦੇ ਪ੍ਰਮੁੱਖ ਨੇਤਾ ਸੀ ਹਾਂਜੀ ਪੀਪੀਐਸੀ 2015 ਦੇ ਵਿੱਚ ਆ ਚੁੱਕਿਆ ਕੁਐਸਚਨ ਲਾਲਾ ਲਾਜਪਤ ਰਾਏ ਇਹਨਾਂ ਦੇ ਵਿੱਚੋਂ ਕਿਹੜੀ ਲਹਿਰ ਦੇ ਪ੍ਰਮੁੱਖ ਨੇਤਾ ਸੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਜਿਹੜਾ ਅੰਦੋਲਨ ਸੀ ਉਸ ਦੇ ਨੇਤਾ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹਾਂਜੀ ਇਸ ਤੋਂ ਇਲਾਵਾ ਤੁਹਾਨੂੰ ਲਾਲ ਲਾਜਪਤ ਨਾਲ ਰਿਲੇਟਡ ਇੱਕ ਕੁਐਸਚਨ ਆ ਸਕਦਾ ਇੰਪੋਰਟੈਂਟ ਹੈ ਕਿ ਕਿਹੜੇ ਸੁਤੰਤਰਤਾ ਸੰਗਰਾਮੀ ਨੂੰ ਪੰਜਾਬ ਕੇਸਰੀ ਜਾਂ ਫਿਰ ਪੰਜਾਬ ਦੇ ਸ਼ੇਰ ਵਜੋਂ ਜਾਣਿਆ ਜਾਂਦਾ ਸੀ ਤਾਂ ਰਾਈਟ ਆਨਸਰ ਹੋਵੇਗਾ ਲਾਲ ਲਾਜਪਤ ਰਾਏ ਤੇ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਨਾ ਖੁਸ਼ ਭਾਰਤ ਅਤੇ ਦੇ ਪੰਜਾਬ ਕਿਤਾਬਾਂ ਕਿਸ ਨੇ ਲਿਖੀਆਂ ਇਹ ਵੀ ਲਾਲਾ ਲਾਜਪਤ ਰਾਏ ਨੇ ਲਿਖੀਆਂ ਠੀਕ ਹੈ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਲਾਲਾ ਲਾਜਪਤ ਰਾਏ ਬਾਰੇ ਹੇਠ ਲਿਖਿਆ ਵਿੱਚੋਂ ਤੱਥਾਂ ਤੇ ਧਿਆਨ ਦਿਓ ਹਾਂਜੀ ਲਾਲਾ ਲਾਜਪਤ ਰਾਏ ਬਾਰੇ ਇਹਨਾਂ ਦੇ ਵਿੱਚੋਂ ਕਿਹੜੇ ਕਥਨ ਗਲਤ ਆ ਗਲਤ ਵਿਆਨਾਂ ਦੀ ਚੋਣ ਕਰਨੀ ਆ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਅਸੀਂ ਦੇਖ ਲੈਂਦੇ ਆ ਸਭ ਤੋਂ ਪਹਿਲਾਂ ਅਸੀਂ ਰੀਡ ਕਰ ਲੈਂਦੇ ਆ ਕਿ ਕਿਹੜੇ ਗਲਤ ਆ ਠੀਕ ਹੈ ਉਹ ਇੱਕ ਵਕੀਲ ਸੀ ਇਹ ਤਾਂ ਬਿਲਕੁਲ ਠੀਕ ਆ ਠੀਕ ਹੈ ਵਕੀਲ ਸੀ ਠੀਕ ਹੈ ਉਹ ਜੋ ਸੇਪੇ ਮਾਜ਼ੀਨੀ ਦੇ ਵਿਚਾਰਾਂ ਤੋਂ ਪ੍ਰੇਰਿਤ ਸੀ ਇਹ ਵੀ ਬਿਲਕੁਲ ਠੀਕ ਹੈ ਉਹ ਪੂਰਨ ਸਵਰਾਜ ਦਾ ਮਜ਼ਬੂਤ ਸਮਰਥਕ ਸੀ ਇਹ ਗਲਤ ਆ ਉਹ ਆਰੀਆ ਸਮਾਜ ਦੇ ਮੈਂਬਰ ਸੀ ਇਹ ਵੀ ਬਿਲਕੁਲ ਰਾਈਟ ਆ ਤੇ ਇਸ ਕੁਐਸਚਨ ਦੇ ਬਾਰੇ ਰਾਈਟ ਆਨਸਰ ਹੈ ਤੁਹਾਡਾ ਆਪਸ਼ਨ ਨੰਬਰ ਸੀ ਕਿ ਕਲਾ 3 ਆ ਜਿਹੜਾ ਉਹ ਗਲਤ ਆ ਗਲਤ ਬਿਆਨ ਦੀ ਚੋਣ ਕੀ ਕਰਨੀ ਆ ਸਹੀ ਠੀਕ ਹੈ ਤਾਂ ਗਲਤ ਇਹਨਾਂ ਦੇ ਵਿੱਚੋਂ ਕਿਹੜਾ ਵਾ 3 ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਸਰਦਾਰ ਭਗਤ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਹਾਂਜੀ ਸਰਦਾਰ ਭਗਤ ਸਿੰਘ ਜੀ ਦਾ ਜਨਮ 27 ਸਤੰਬਰ 1907 ਨੂੰ ਬੰਗਾ ਲਾਇਲਪੁਰ ਪਾਕਿਸਤਾਨ ਦੇ ਵਿੱਚ ਹੋਇਆ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਸਰਦਾਰ ਭਗਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ? ਹਾਂਜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਬੰਗਾ ਲਾਇਲਪੁਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸ਼ਨ ਭਗਤ ਸਿੰਘ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਹਨ? ਹਾਂਜੀ ਭਗਤ ਸਿੰਘ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਹਨ? ਤਾਂ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ ਕਰਤਾਰ ਸਿੰਘ ਸਰਾਬਾ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਬੰਬ ਧਮਾਕਾ ਕਿੱਥੇ ਕੀਤਾ ਹਾਂਜੀ ਭਗਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਬੰਬ ਧਮਾਕਾ ਕਿੱਥੇ ਕੀਤਾ ਸੀ ਸੈਂਟਰਲ ਅਸੈਂਬਲੀ ਹਾਲ ਦਿੱਲੀ ਦੇ ਵਿੱਚ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਤਾਂ ਆਪਸ਼ਨ ਨੰਬਰ ਬੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਕਿਹੜਾ ਇਨਕਲਾਬੀ ਸ਼ਹੀਦ ਹੋਇਆ ਹਾਂਜੀ 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਕਿਹੜੇ ਇਨਕਲਾਬੀ ਸ਼ਹੀਦ ਹੋਏ ਸੀਗੇ ਆਪਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜਤਿੰਦਰ ਦਾਸ ਆਪਸ਼ਨ ਨੰਬਰ ਡੀ ਠੀਕ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੂੰ ਕੇਸ ਮੁਕਦਮੇ ਤਹਿਤ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ ਹਾਂਜੀ ਭਗਤ ਸਿੰਘ ਅਤੇ ਬੁਖਤੇਸ਼ਵਰ ਦੱਤ ਇਹਨਾਂ ਨੇ April 1929 ਵਿੱਚ ਕੇਂਦਰੀ ਵਿਧਾਨ ਸਭਾ ਦੇ ਵਿੱਚ ਬੰਬ ਸੁੱਟਿਆ ਸੀ ਠੀਕ ਹੈ ਤੇ ਇਹਨਾਂ ਨੂੰ ਸਜ਼ਾ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ ਕਿਸ ਮੁਕਾਦਮੇ ਦੇ ਤਹਿਤ ਸੁਣਾਈ ਗਈ ਸੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਸੈਂਟਰਲ ਅਸੈਂਬਲੀ ਬੰਬ ਦੇ ਤਹਿਤ ਠੀਕ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਭਗਤ ਸਿੰਘ ਅਤੇ ਉਸਦੇ ਸਾਥੀ ਨੂੰ ਕਿਸ ਮੁਕਾਦਮੇ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਸੀ ਹਾਂਜੀ ਵੈਰੀ ਇੰਪੋਰਟੈਂਟ ਕੁਐਸ਼ਨ ਭਗਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਨੂੰ ਕਿਸ ਮੁਕਾਦਮੇ ਦੇ ਤਹਿਤ ਸਜ਼ਾ ਸੁਣਾਈ ਗਈ ਸੀ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ A ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਨੈਕਸਟ ਕੁਐਸ਼ਨ ਭਗਤ ਸਿੰਘ ਦੇ ਨਾਲ ਸ਼ਹੀਦ ਹੋਏ ਇਨਕਲਾਬੀ ਕੌਣ ਸਨ ਹਾਂਜੀ ਜਿਹੜੇ ਭਗਤ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਇਨਕਲਾਬੀ ਕੌਣ ਸਨ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਹਾਂਜੀ অপਸ਼ਨ ਨੰਬਰ ਡੀ ਏ ਅਤੇ ਸੀ ਦੋਵੇਂ ਠੀਕ ਹੈ ਭਗਤ ਸਿੰਘ ਸੀ ਰਾਜਗੁਰੂ ਜੀ ਅਤੇ ਸੁਖਦੇਵ ਜੀ ਠੀਕ ਹੈ ਇਹ ਭਗਤ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਇਨਕਲਾਬੀ ਸਨ ਦੇਖੋ ਹੁਣ ਜੇ ਅਸੀਂ ਗੱਲ ਕਰੀਏ ਸ਼ਹੀਦ ਰਾਜਗੁਰੂ ਜੀ ਦੇ ਬਾਰੇ ਤਾਂ ਸਹੀਦ ਰਾਜਗੁਰੂ ਜੀ ਦਾ ਜਨਮ 24 ਅਗਸਤ 1908 ਨੂੰ ਮਹਾਰਾਸ਼ਟਰ ਦੇ ਪੂਨੇ ਨੇੜੇ ਖੇੜ ਵਿਖੇ ਹੋਇਆ ਸੀ ਠੀਕ ਹੈ ਤੇ ਹੁਣ ਜੇ ਅਸੀਂ ਗੱਲ ਕਰੀਏ ਸੁਖਦੇਵ ਸਿੰਘ ਜੀ ਬਾਰੇ ਤਾਂ ਸਹੀਦ ਸੁਖਦੇਵ ਥਾਪਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ 15 ਮਈ 1907 ਨੂੰ ਲੁਧਿਆਣਾ ਵਿਖੇ ਹੋਇਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਹਾਂ ਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਕਿੱਥੇ ਫਾਂਸੀ ਦਿੱਤੀ ਗਈ ਸੀ ਹਾਂਜੀ ਭਗਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਲਾਹੌਰ ਦੇ ਵਿੱਚ ਦਿੱਤੀ ਗਈ ਸੀ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਗਤ ਸਿੰਘ ਅਤੇ ਉਸ ਦੇ ਸਾਥੀ ਕਦੋਂ ਸ਼ਹੀਦ ਹੋਏ ਸਨ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਆਪਸ਼ਨ ਨੰਬਰ B ਇਸ ਕੁਐਸ਼ਨ ਦਾ ਰਾਈਟ ਆਨਸਰ ਹੈ 23 ਮਾਰਚ 1931 ਨੂੰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਸ਼ਹੀਦ ਹੋਏ ਸੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਗਤ ਸਿੰਘ ਜੀ ਦੀ ਸ਼ਹਾਦਤ ਵੇਲੇ ਭਾਰਤ ਦਾ ਵਾਇਸ ਰਾਏ ਕੌਣ ਸੀ ਹਾਂਜੀ ਭਗਤ ਸਿੰਘ ਜੀ ਦੀ ਸ਼ਹੀਦੀ ਦੇ ਟਾਈਮ ਭਾਰਤ ਦੇ ਵਾਇਸ ਰਾਏ ਸਨ ਲਾਰਡ ਇਰਵਿਨ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਠੀਕ ਹੈ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਭਗਤ ਸਿੰਘ ਨੇ ਆਪਣੀ ਮੋਢਲੀ ਸਿੱਖਿਆ ਕਿੱਥੇ ਪ੍ਰਾਪਤ ਕੀਤੀ ਹਾਂਜੀ ਭਗਤ ਸਿੰਘ ਜੀ ਨੇ ਆਪਣੀ ਮੋਢਲੀ ਸਿੱਖਿਆ ਬੰਗਾ ਪਿੰਡ ਦੇ ਵਿੱਚ ਪ੍ਰਾਪਤ ਕੀਤੀ ਸੀ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਭਗਤ ਸਿੰਘ ਜੀ ਦੁਆਰਾ ਕਿਸ ਅਖਬਾਰ ਦਾ ਸੰਪਾਦਨ ਕੀਤਾ ਗਿਆ ਸੀ ਹਾਂਜੀ ਭਗਤ ਸਿੰਘ ਜੀ ਦੁਆਰਾ ਵੀਰ ਅਰਜੁਨ ਅਖਬਾਰ ਦਾ ਸੰਪਾਦਨ ਕੀਤਾ ਗਿਆ ਸੀ ਆਪਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਨੈਕਸਟ ਕੁਐਸ਼ਨ ਲਾਰਡ ਕਰਜ਼ਨ ਵਿਲੀ ਦੀ ਹੱਤਿਆ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ਹਾਂਜੀ ਲਾਰਡ ਕਰਜ਼ਨ ਵਿਲੀ ਦੀ ਹੱਤਿਆ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ਸ਼ਹੀਦ ਮਦਨ ਲਾਲ ਟਿੰਗਰਾਣੂ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਮਾਈਕਲ ਉਡਵਾਇਰ ਨੂੰ ਮਾਰਨ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ਹਾਂਜੀ ਮਾਈਕਲ ਉਡਵਾਇਰ ਦਾ ਮਾਰ ਨੂੰ ਮਾਰਨ ਦਾ ਕਤਲ ਕਿਸ ਨੂੰ ਦਿੱਤਾ ਜਾਂਦਾ ਹੈ ਮੈਂ ਆਲਰੇਡੀ ਤੁਹਾਨੂੰ ਕਰਵਾ ਚੁੱਕੀ ਹਾਂ ਆਪਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਸ਼ਹੀਦ ਉਦਮ ਸਿੰਘ ਠੀਕ ਹੈ অপশন নাম্বার এ ইজ দা রাইট आंसर नेक्स्ट क्वेश्चन ਅਸੀਂ ਕਰਦੇ ਹਾਂ ਜੀ ਸ਼ਹੀਦ ਉਦਮ ਸਿੰਘ ਜੀ ਦੀਆਂ ਅਸਥੀਆਂ ਕਦੋਂ ਭਾਰਤ ਲਿਆਂਦੀਆਂ ਗਈਆਂ ਹਾਂਜੀ ਸ਼ਹੀਦ ਉਦਮ ਸਿੰਘ ਜੀ ਦੀਆਂ ਅਸਥੀਆਂ ਭਾਰਤ ਕਦੋਂ ਲਿਆਂਦੀਆਂ ਗਈਆਂ ਸੀ ਤਾਂ অপশন ਨੰਬਰ ਬੀ ਇਸ ਕੁਐਸਚਨ ਦਾ রাইট आंसर ਹੈ 1974 ਨੂੰ नेक्स्ट क्वेश्चन ਅਸੀਂ ਕਰਦੇ ਹਾਂ ਜੀ ਸ਼ਹੀਦ ਉਦਮ ਸਿੰਘ ਜੀ ਕਿੱਥੇ ਸ਼ਹੀਦ ਹੋਏ ਸੀ ਹਾਂਜੀ ਸ਼ਹੀਦ ਉਦਮ ਸਿੰਘ ਜੀ ਲੰਡਨ ਵਿਖੇ ਸ਼ਹੀਦ ਹੋਏ ਸੀ ऑप्शन नंबर डी इज द राइट आंसर नेक्स्ट क्वेश्चन मदन लाल ढिंगरा ਨੂੰ ਕਿੱਥੇ ਸ਼ਹੀਦ ਕੀਤਾ ਗਿਆ ਹਾਂਜੀ ਮਦਨ ਲਾਲ ਢਿੰਗਰਾ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਲੰਡਨ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਨਸਰ ਨੈਕਸਟ ਕੁਐਸਚਨ ਕਿਹੜੇ ਕ੍ਰਾਂਤੀਕਾਰੀ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਸੀ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੇ ਕ੍ਰਾਂਤੀਕਾਰ ਦਾ ਨਾਮ ਰਾਮ ਮੋਹਨ ਸਿੰਘ ਆਜ਼ਾਦ ਸੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ B ਉਦਮ ਸਿੰਘ ਜੀ ਦਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਸਤੰਤਰਤਾ ਸੰਗਰਾਮੀ ਸੁਖਦੇਵ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਹਾਂਜੀ ਸਤੰਤਰਤਾ ਸੰਗਰਾਮੀ ਸੁਖਦੇਵ ਸਿੰਘ ਜੀ ਦਾ ਜਨਮ ਹਾਂਜੀ ਕਿੱਥੇ ਹੋਇਆ ਸੀ ਲੁਧਿਆਣਾ ਵਿਖੇ ਹੋਇਆ ਸੀ 15 ਮਈ 1907 ਨੂੰ ਲੁਧਿਆਣਾ ਵਿਖੇ অপਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ